ਤੇ ਅੱਗੇ ਵਧਦੇ ਦੱਸਦੇ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ, ਕੰਪਲੀਟ ਹੋ ਚੁੱਕੀ ਹੈ ਪੁੱਛਗਿੱਛ। ਦੱਸਦੇ ਕਿ SIT ਅੱਜ ਸਾਬਕਾ CM ਦੇ ਘਰ ਪਹੁੰਚੀ ਸੀ, ਜਿੱਥੇ ਤਕਰੀਬਨ ਕਾਫੀ ਟਾਈਮ ਉਹਨਾਂ ਤੋਂ ਪੁੱਛਗਿੱਛ ਚੱਲੀ ਹੈ। 11 ਵਜੇ ਤੋਂ ਲੈ ਕੇ ਹੁਣ ਤਕਰੀਬਨ ਜਿਹੜਾ ਸਮਾਂ ਉਹ 2 ਵੱਜ ਚੁੱਕੇ ਨੇ, ਤਾਂ ਕਾਫੀ ਟਾਈਮ ਉਹਨਾਂ ਤੋਂ ਪੁੱਛਗਿੱਛ ਚੱਲੀ ਹੈ ਅਤੇ SIT ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛ ਪੜਤਾਲ ਕੀਤੀ ਹੈ। ਸੋ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਬੀਤੇ ਦਿਨੀ ਵੀ ਜਿਹੜੀ SIT ਸੀ ਉਹ ਮੌਕੇ ਵਾਰਦਾਤ ਮੌਕੇ ਘਟਨਾ ਸਥਾਨ ਤੇ ਪਹੁੰਚੀ, ਕੋਟਕਪੂਰਾ ਵਿਖੇ ਉੱਥੇ ਜਾਇਜ਼ਾ ਲਿਆ ਗਿਆ ਤੇ ਉਸ ਤੋਂ ਬਾਅਦ ਦੀ ਜੇਕਰ ਗੱਲ ਕੀਤੀ ਜਾਏ ਤਾਂ ਮਾਮਲੇ ਦੇ ਵਿੱਚ ਹੁਣ ਸਾਬਕਾ CM ਤੋਂ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਹੈ। ਸੋ ਦੱਸ ਦਈਏ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ SIT ਦੁਆਰਾ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ SIT ਪੁੱਛਗਿੱਛ ਕਰਨ ਤੋਂ ਬਾਅਦ ਜਾ ਰਹੀ ਹੈ। ਸੋ ਤਕਰੀਬਨ 3 ਘੰਟੇ ਇਹ ਪੁੱਛਗਿੱਛ ਚੱਲੀ ਹੈ। ਸੋ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਿਹੜੀ ਪੁੱਛਗਿੱਛ ਚੱਲੀ ਸੀ ਉਹ ਵੀ 3 ਘੰਟੇ ਚੱਲੀ ਸੀ। ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਤੋਂ ਇੱਕ ਵਾਰੀ ਪਹਿਲਾਂ ਵੀ ਪੁੱਛਗਿੱਛ ਹੋਈ ਸੀ, ਉਸ ਵਕਤ ਵੀ 3 ਘੰਟੇ ਚੱਲੀ ਅਤੇ ਇਸ ਵਾਰੀ ਵੀ ਜਿਹੜੀ ਪੁੱਛ ਪੜਤਾਲ ਹੈ ਉਹ 3 ਘੰਟੇ ਚੱਲੀ ਹੈ। ਤਾਂ ਇੱਕ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜੋ ਕਿ ਰਿਪੋਰਟ ਦੇ ਵਿੱਚ ਜਦੋਂ ਸਾਹਮਣੇ ਆਏਗੀ ਰਿਪੋਰਟ ਤਾਂ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਿਰ ਕੀ ਕੁਝ ਅਸਲੀਅਤ ਹੈ। ਲੇਕਿਨ ਦੱਸ ਦਈਏ ਕਿ 7 ਸਾਲ ਦਾ ਸਮਾਂ ਬੀਤ ਚੁੱਕਿਆ ਕੋਟਕਪੂਰਾ ਗੋਲੀਕਾਂਡ ਨੂੰ ਅਤੇ ਹਾਲੇ ਵੀ ਇਨਸਾਫ ਨਹੀਂ ਮਿਲਿਆ ਇਸ ਗੋਲੀਕਾਂਡ ਦੇ ਵਿੱਚ ਪੀੜਤਾਂ ਨੂੰ। ਤਾਜ਼ਾ ਜਾਣਕਾਰੀ ਦੇ ਅਨੁਸਾਰ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਪੁੱਛ ਪੜਤਾਲ ਹੋ ਚੁੱਕੀ ਹੈ, SIT ਦੁਆਰਾ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ। ਅਤੇ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਲਾਈਵ ਮੌਜੂਦ ਨੇ। ਅਨਮੋਲ, ਤਕਰੀਬਨ 3 ਘੰਟੇ ਚੱਲੀ ਪੁੱਛ ਪੜਤਾਲ ਅਤੇ ਹੁਣ SIT ਇੱਥੋਂ ਜਾ ਚੁੱਕੀ ਹੈ, ਕੀ ਜਾਣਕਾਰੀ ਹੈ ਤੁਹਾਡੇ ਕੋਲ? ਜੀ ਬਿਲਕੁਲ, ਦੇਖੋ ਇੱਕ ਲੰਬੀ ਫਹਿਰਿਸਤ ਜਿਹੜੀ ਕੀ ਹੈ ਸਵਾਲਾਂ ਦੀ ਤਿਆਰ ਸੀਗੀ ਜੋ ਕਿ ਪੁੱਛੀ ਗਈ ਹੈ। ਲਗਾਤਾਰ SIT ਵੱਲੋਂ ਆਪਣੀ ਜਾਂਚ ਜਿਹੜੀ ਕਿ ਕੀਤੀ ਜਾ ਰਹੀ ਹੈ। ਇੱਕ ਪਾਸੇ ਸਰਕਾਰ ਦਾ ਕਹਿਣਾ ਕਿ ਇਸ ਮਸਲੇ 'ਤੇ ਅਸੀਂ ਜਲਦ ਤੋਂ ਜਲਦ ਇਨਵੈਸਟੀਗੇਟ ਕਰਵਾਉਣਾ ਚਾਹੁੰਦੇ ਹਾਂ, ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਸਦਾ ਵਾਰ ਵਾਰ ਇਹੀ ਕਹਿਣਾ ਹੈ ਕਿ ਇਹ ਸਿਰਫ ਸਿਆਸੀ ਬਦਲਾਖੋਰੀ ਹੋ ਰਹੀ ਹੈ, ਕੋਈ ਇਨਵੈਸਟੀਗੇਸ਼ਨ ਨਹੀਂ ਹੋ ਰਹੀ। ਤਾਂ ਅੱਜ ਜਿਹੜੀ ਕੀ ਹੈ ਜਿਹੜੀ ਕੋਟਕਪੂਰਾ ਫਾਇਰਿੰਗ ਕੇਸ ਨੂੰ ਲੈ ਕੇ SIT ਬਣਾਈ ਗਈ ਹੈ, LK ਯਾਦਵ ADGP LK ਯਾਦਵ ਹੋਰਾਂ ਵੱਲੋਂ ਜਿਹੜੀ ਇਹ SIT ਲੀਡ ਕੀਤੀ ਜਾ ਰਹੀ ਹੈ। ਉਹ SIT 11 ਵਜੇ ਇੱਥੇ ਪਹੁੰਚੇ ਸੀਗੀ, ਲਗਭਗ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਾਣਗੇ। 3 ਘੰਟੇ ਤੱਕ ਇਹ ਪੁੱਛਗਿੱਛ ਜਿਹੜੀ ਕੀ ਹੈ ਉਹ ਚੱਲੀ ਹੈ। ਪੁੱਛਗਿੱਛ 3 ਘੰਟੇ ਤੱਕ ਚੱਲਣ ਤੋਂ ਮਤਲਬ ਹੈ ਕਿ ਲੰਬੀ ਫਹਿਰਿਸਤ ਸੀਗੀ ਸਵਾਲਾਂ ਦੀ। ਦੇਖੋ, ਅਹਿਮ ਸਵਾਲ ਇਹੀ ਹੈ ਕਿ ਜਦੋਂ ਇਹ ਪੂਰਾ ਭਾਣਾ ਵਾਪਰਿਆ ਉਸ ਵਕਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਦੀ ਜਾਣਕਾਰੀ ਸੀਗੀ ਜਾਂ ਨਹੀਂ, ਕਿੰਨੀ ਕੁ ਜਾਣਕਾਰੀ ਸੀਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ? ਇਸ ਤੋਂ ਇਲਾਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਚੀਜ਼ ਦਾ ਪਤਾ ਸੀਗਾ ਜਦੋਂ SDM ਵੱਲੋਂ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਗਏ ਸੀਗੇ? ਜਦੋਂ ਗੋਲੀ ਚੱਲੀ ਹੈ ਉਹ ਗੋਲੀ, ਕਿਉਂਕਿ ਰੂਲਸ ਦੇ ਅਕੋਰਡਿੰਗ ਜੇਕਰ ਭੀੜ ਨੂੰ ਰੋਕਣਾ ਹੈ, ਜੇਕਰ ਜਿਹੜਾ ਪ੍ਰਦਰਸ਼ਨ ਹੈ ਉਸ ਦੇ ਵਿੱਚ ਫਾਇਰਿੰਗ ਕਰਨੀ ਵੀ ਹੈ, ਤਾਂ ਉਹ ਪੱਟ ਤੋਂ ਥੱਲੇ ਜਾਣੇ ਗੋਡੇ ਦੇ ਥੱਲੇ ਨੇੜੇ ਜਿਹੜੀ ਕਿ ਉਹ ਗੋਲੀ ਚਲਾਈ ਜਾਂਦੀ ਹੈ, ਲੇਕਿਨ ਉਹ ਧੜ ਦੇ ਉੱਪਰ ਗੋਲੀ ਕਿਉਂ ਚਲਾਈ ਗਈ? ਇਹ ਤਮਾਮ ਸਵਾਲ ਜਿਹੜੇ ਕੀ ਹੈ ਵੱਖ ਵੱਖ ਐਂਗਲਸ ਤੋਂ ਇਹ ਜਿਹੜੀ ਜਾਂਚ ਆ ਉਹ ਚੱਲ ਰਹੀ ਹੈ ਇਸ ਵਕਤ। ਤਾਂ ਉਸ ਦੇ ਤਹਿਤ ਇਹ ਤਮਾਮ ਪੁੱਛਗਿੱਛ ਜਿਹੜੀ ਕਿ ਅੱਜ ਕੀਤੀ ਗਈ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜੋ ਕਿ 2015 ਦੇ ਵਿੱਚ ਜਦੋਂ ਇਹ ਪੂਰਾ ਵਾਕਿਆ ਹੋਇਆ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਸੀਗੇ, ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਨਾਲ ਇਹ ਪੁੱਛਗਿੱਛ ਜਿਹੜੀ ਕਿ ਕੀਤੀ ਗਈ ਹੈ। ਹਾਲਾਂਕਿ ਇਸ SIT ਵੱਲੋਂ ਪਹਿਲਾਂ ਵੀ ਇੱਕ ਪੁੱਛਗਿੱਛ ਕੀਤੀ ਗਈ ਸੀਗੀ, ਉਹ ਪੁੱਛਗਿੱਛ ਹੋਈ ਸੀਗੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਗਿਆ ਸੀਗਾ ਚੰਡੀਗੜ੍ਹ ਦੇ 32 ਸੈਕਟਰ ਵਿਖੇ, ਇਹ ਬੁਲਾ ਕੇ ਜਿਹੜਾ ਕੀ ਹੈ ਪੂਰੀ ਪੁੱਛਗਿੱਛ ਕੀਤੀ ਗਈ। ਤਾਂ ਉਸ ਤੋਂ ਬਾਅਦ ਅੱਜ ਜਿਸ ਤਰੀਕੇ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਪੁੱਛਗਿੱਛ ਹੋਈ ਹੈ। 4 ਦਿਨ ਪਹਿਲਾਂ ਨੋਟਿਸ ਗਿਆ ਸੀਗਾ, 4 ਦਿਨ ਪਹਿਲਾਂ ਨੋਟਿਸ ਇੱਕ ਭੇਜ ਕੇ ਜਵਾਬ ਮੰਗਿਆ ਗਿਆ ਸੀਗਾ ਪੁੱਛਗਿੱਛ ਦੇ ਲਈ। ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਵੱਲੋਂ ਇਹ ਜਵਾਬ ਦਿੱਤਾ ਗਿਆ ਸੀਗਾ ਕਿ ਜਦੋਂ ਵੀ SIT ਜਿਹੜੀ ਕੀ ਹੈ ਪੁੱਛਗਿੱਛ ਕਰਨਾ ਚਾਹੇ ਤਾਂ ਉਹ ਇੱਥੇ ਆ ਕੇ ਪੁੱਛਗਿੱਛ ਕਰ ਸਕਦੀ ਹੈ। ਉਹਨਾਂ ਦੀ ਤਬੀਅਤ ਨਾਸਾਜ਼ ਹੈ, ਉਹਨਾਂ ਦੀ ਤਬੀਅਤ ਠੀਕ ਨਹੀਂ ਹੈ, ਉਮਰ ਵੀ ਕਾਫੀ ਹੈ, ਜਿਸ ਦੇ ਕਰਕੇ ਉਹਨਾਂ ਨੂੰ ਐਗਜ਼ੈਂਪਟ ਕੀਤਾ ਜਾਵੇ ਕਿ ਉਹਨਾਂ ਨੂੰ ਬੁਲਾਇਆ ਨਾ ਜਾਵੇ ਬਲਕਿ ਉਹਨਾਂ ਦੇ ਕੋਲ ਆ ਕੇ ਪੁੱਛਗਿੱਛ ਕਰ ਲਈ ਜਾਵੇ। ਤਾਂ ਅੱਜ SIT ਇੱਥੇ ਪਹੁੰਚੀ, ਤਸਵੀਰਾਂ ਤੁਹਾਨੂੰ ਦਿਖਾ ਦਈਏ ਇਸ ਵਕਤ ਉਸ ਘਰ ਦੀ ਜਿੱਥੇ ਕਿ ਕੁਛ ਹੀ ਦੇਰ ਪਹਿਲਾਂ SIT ਇੱਥੋਂ ਰਵਾਨਾ ਹੋਈ ਹੈ। ਲਗਭਗ 3 ਘੰਟੇ ਇਹ ਲਗਾਤਾਰ ਪੁੱਛਗਿੱਛ ਜਿਹੜੀ ਕੀ ਹੈ ਕੀਤੀ ਗਈ ਹੈ। ਇਸ ਪੁੱਛਗਿੱਛ ਦੇ ਵਿੱਚ ਅਹਿਮ ਸਵਾਲ ਜਿਹੜੇ ਕੀ ਹੈ ਪੁੱਛੇ ਗਏ, ਖਾਸ ਤੌਰ 'ਤੇ ਭੂਮਿਕਾ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਕੁਛ ਭੂਮਿਕਾ ਰਹੀ ਸਰਦਾਰ
प्रकाश सिंह बादल दी इस पूरे वाकया दे विच तां उस तो बाद इस पुछगिछ तो बाद जिहड़ी कि रवाना हुई है एस आई टी। हालांकि एस आई टी वालों अहम किहड़े सवाल पुछे गए ने, किहड़े किहड़े पॉइंट्स ते जिहड़ा कि है एम्फेसिस दिता गया, इस चीज़ बारे हजे किसी भी तरीके की जानकारी जिहड़ी कि है उह नहीं दिती जा रही, ना ही एस आई टी वालों दिती गई है, ना ही श्रोमणी अकाली दल वालों। लेकिन उम्मीद जताई जा रही है कि आने वाले समय तक जरूर जिहड़ा कि है इस चीज़ बारे जानकारी दिती जा सकती है कि की कुछ किस किस तरीके की इन्वेस्टिगेशन जिहड़ी कि है की गई है इस पूरी पुछगिछ दे विच। कितना कितना कहा जा सकता है कि जिस तरीके दे नाल अज दी इह पूरा घटनाक्रम सीगा तां इह पूरा उस वक्त जिहड़ा घटनाक्रम होया उसके इंसाफ दे लई 2015 तो लैके अज तक लोग जिहड़े कि है कह रहे हैं, लगातार कह रहे हैं कि इंसाफ दवाया जाए, लेकिन हजे तक इंसाफ नहीं दवाया गया। जिहड़ी साबका सरकारां सीगियां उन्हां ते भी इह सवाल उठते रहे, हुण दी जिहड़ी सरकार है इस सरकार दे उपर भी काफ़ी प्रैशर है कि इस मामले ते जल्द तो जल्द जिहड़ा कि है फैसला सुनाया जाए, जिहड़े दोषी उन्हां नूं सज़ा दवाई जाए। उसके तहत लगातार एस आई टी भी जिहड़ी है वो एक्शन मोड दे विच नज़र आ रही है ते अपनी कार्रवाई जिहड़ी कि उह करदी नज़र आ रही है। अनमोल, जिस हिसाब के नाल हुण इन्वेस्टिगेशन चल रही है इस पूरे मामले में लैके, तो पिछली सरकार भी रही है भावें कांग्रेस की सरकार की गलबात कर ली जाए या फिर हुण आम आदमी पार्टी की गलबात कर ली जाए, लगता है कि सरकार दे अगे भी वड्डी चुनौती है इस नूं हल करना या फिर पीड़ितों नूं भी कितना कितने इस चीज़ की वो है कि जल्द तो जल्द सानू इंसाफ मिले। लगातार 7 साल का समा बीत जाने तो बाद भी हले तक इंसाफ की कोई भी किरण, कोई भी चानण मुनारा नज़र नहीं आ रहा। देखो गुरप्रीत, बेअदबी का इशू या फिर कोट कपूरा का फायरिंग इशू या फिर बहबल कलां का फायरिंग इशू, यहोजा मसला है जिहड़ा कि लोगों के इमोशंस के नाल जुड़िया होया, सेंटीमेंट्स के नाल जुड़िया होया। लोग जिहड़े कि चाहते हैं कि इन्हां दे इस मसले तो उपर जिहड़ा कि इंसाफ दवाया जाए। पिछली बेशक कांग्रेस सरकार की गल की जाए तो उन्होंने वालों भी यह वादा किया गया सीगा कि इस मसले का हल कराया जाऊगा, इंसाफ दवाया जाऊगा, जिस बेस से इस जिहड़ा कि है पहला कांग्रेस को वोट मिले, मैंडेट मिलिया, उस तो बाद हुण आम आदमी पार्टी वालों भी चोणों तो पहला यह वादा किया गया सीगा, जिस बेस से लोगों ने आम आदमी पार्टी को भी मैंडेट दिता। तो कितना कितने कहा जा सकता है कि जिन्नी को लोगों की उम्मीद है इस तो बाद जिन्ने को वायदे आम आदमी पार्टी वालों किए गए थे उन तमाम चीज़ों जेकर वेख्या जाए गुरप्रीत, तो बहुत प्रैशर है इस वक्त सरकार से कि इस मसले का हल किया जाए, इन्वेस्टिगेशन प्रॉपर की जाए तो दोषियों को सज़ा दवाई जाए। हुण उस दे लई कोशिश जिहड़ी कि लगातार की जा रही है, कितना कितने कहा जा सकता है कि एस आई टी भी देखने मिल रही है कि एक्शन मोड नज़र आ रही है। तो हुण एस आई टी वालों अज सरदार प्रकाश सिंह बादल तो जो पुछगिछ की गई है उसनों भी काफ़ी अहम मनिया जा सकता है, क्योंकि काफ़ी अहम चीज़ा, क्योंकि उस वक्त जो ये भाणा वापरिया, जो ये पूरा वाकया होंदा उदों पंजाब के मुख्यमंत्री सीगे सरदार प्रकाश सिंह बादल, तो की कुछ उन्होंने वालों जवाब दिता गया कि कुछ इनफॉर्मेशन जी कि दी गई है। ये तमाम चीज़ों तो बाद जी कि उम्मीद जताई जा सकती है कि आने वाले दिनों इस केस को लैके काफ़ी परतं खुल सकदियां ने। अनमोल, तुहाडे कोल कोई इस हिसाब दे नाल तुहाडे सोर्सिस दे अकॉर्डिंगली, तुहाडे सूत्रां दे अकॉर्डिंगली तुहाडे कोल कोई अजी जानकारी है कि किन्ने जिहड़े ने उस सवाल कीते गए बादल साहब नूं, या फिर दूसरे पासे तुहाडी किसी श्रोमणी अकाली दल दे आगू दे नाल गलबात हुई होवे? क्योंकि जिस हिसाब दे नाल पहलां माणजो कोट दे विच वी फैसला सी तां कोट ने भी काफ़ी झाड़ पाई सी कुमण विजय प्रताप होरां नूं, तां इस बाबत तुहाडी किसी श्रोमणी अकाली दल आगू नाल गलबात हुई होवे या फिर तुहाडे कोल लिस्ट होवे या फिर तुहानूं पता होवे कि किन्ने सवाल बादल साहब दे अगे अज कीते गए? जी गुरप्रीत, यहो जी अजे तक किसी तरीके की इनफॉर्मेशन जी कि बाहर नहीं आ पाई। खास तौर पर जेकर गल की जाए तो किसी श्रोमणी अकाली दल के आगू के गलबात हुई हो इस मुतलक, जिस हिसाब से मुड़ तो इन्वेस्टिगेशन किया जा रहा है मामला? नहीं गुरप्रीत, कुछ ही चंद मिनटा पहला है पुछगिछ जिहड़ी कि खत्म हुई है, तो हजे तक किसी भी श्रोमणी अकाली दल के किसी भी पार्टी के वर्कर का या फिर किसी लीडर का रिएक्शन अजे तक सामने नहीं आया। आम आदमी पार्टी का अनमोल की कहना है इस बाबत, क्योंकि एक वड्डी चुनौती भी है तो उत्थे ही हल करना कितने कितने एक वड्डी कह सकते एक वड्डा चैलेंज भी है स्थानक सरकार के उपर। जी बिल्कुल, देखो आम आदमी पार्टी की गल की जाए तो सत्ताधर होने के नाते बार बार आम आदमी पार्टी वालों यही कहा जा रहा है कि असी इन्वेस्टिगेशन प्रॉपर कराना चाहते हैं, पुरानी सरकार जिहड़ी सीगियां उन्होंने इस मसले पर इन्वेस्टिगेशन नहीं कराई, जिसके करके हजे तक जिहड़े दोषी हैं, जिहड़े आरोपी हैं वो सलाखों के पिछे नहीं है, जिन्होंने सज़ा नहीं मिली। तो उस चीज़ लैके सत्ताधर वालों साफ तौर पर कहा जाता है कि कोशिश की जा रही है इन्वेस्टिगेट जल्द तो जल्द करवा के जिहड़े दोषी हैं उन्होंने सज़ा दवाई जाए, तो उस कोशिश भी लगातार
लगातार की जा रही है। हुण दी जेकर गल की जाए तो जिस तरीके श्रोमणी अकाली दल है उन्होंने बार बार यह कहना है कि सिर्फ सियासी बदलाखोरी के तहत ये तमाम इन्वेस्टिगेशन ये तमाम पूछगिछ जी हो रही है उत्थे ही सत्ताधर का कहना है कि असी इस मसले ठीक है ठीक है अनमोल अपडेट लाइन जरूर पहुंचेंगे लेकिन फिलहाल के लिए बहुत बहुत शुक्रिया तमाम जानकारी की सांझ पाने के लिए।